ਪੰਜਾਬ ਹੈ ਸੋਹਣਾ, ਇਹ ਦੇ ਵਰਗਾ ਕੁਝ ਹੋਰ ਨਹੀਂ ਹੋਣਾ। ਜਿੱਥੇ ਗੁਰੂਆਂ ਪੀਰਾਂ ਭਾਗ ਨੇ ਲਾਏ, ਸਭ ਨੇ ਇਹਦੇ ਸੋਲੇ ਗਾਏ। ਜਿੱਥੇ ਧੁਨ ਰਬਾਬ ਦੀ ਵੱਜੀ, ਰੱਬ ਤੋਂ ਮੁਨਕਿਰ ਹੋਇਓ ਬੰਦਿਆ, ਦੇਣਾ ਪੈਣਾ ਕੁੱਲ ਹਿਸਾਬ, ਕੀ ਕਹਿੰਦੀ ਉਹਦੀ ਰੱਬੀ ਰਬਾਬ, ਕੀ ਕਹਿੰਦੀ ਨਾਨਕ ਦੀ ਰਬਾਬ। ਸਿੰਘਾਂ ਦੀ ਕਿਰਪਾਨ ਵੀ ਗੱਜੀ, ਜਿੱਥੇ ਮਹਿਕ ਹਵਾਵਾਂ ਛੱਡਣ, ਕਿਸਾਨ ਮਿੱਟੀ ਚੋਂ ਸੋਨਾ ਕੱਢਣ। ਵੱਖਰੇ ਢੰਗ ਪੰਜਾਬੀ ਬੋਲੀ, ਇਹਦਾ ਵੱਖਰਾ ਹੀ ਲਿਬਾਸ ਹੈ। ਕੁੱਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਣਾ, ਇਹਦਾ ਵੱਖਰਾ ਹੀ ਇਤਿਹਾਸ ਹੈ। ਕੁੱਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਣਾ, ਇਹਦਾ ਵੱਖਰਾ ਹੀ ਇਤਿਹਾਸ ਹੈ, ਇਹਦਾ ਵੱਖਰਾ ਹੀ ਇਤਿਹਾਸ ਹੈ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਫ਼ਰੇ ਇਤਿਹਾਸ ਦੀ ਉਸ ਹੀ ਕੜੀ ਨੂੰ ਜੋੜਦੇ ਹੋਏ ਗੁਰਦੁਆਰਾ ਸ਼੍ਰੀ ਸੁਖਚੈਨ ਸਾਹਿਬ ਵਿਖੇ ਪਹੁੰਚੇ ਹਾਂ, ਜਿੱਥੇ ਅਸੀਂ ਇਤਿਹਾਸ ਦੀ ਪੂਰੀ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਗੁਰਦੁਆਰਾ ਸੁਖਚੈਨ ਸਾਹਿਬ ਵਿਖੇ ਆਏ ਹੋਏ ਸੰਗਤ ਨੂੰ ਗੱਜ ਕੇ ਫਤਿਹ ਪ੍ਰਵਾਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰਦੁਆਰਾ ਸਾਹਿਬ ਡੇਲੀ ਇੱਥੇ ਦਰਸ਼ਨ ਕਰਨ ਆਉਂਦੇ ਹੋ ਜਾਂ ਕਦੀ ਕਦਾਈ ਆਉਂਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ, ਗੁਰਦੁਆਰਾ ਸੁਖਚੈਨ ਸਾਹਿਬ ਦਾ ਇਤਿਹਾਸ ਕੀ ਹੈ ਜੀ? ਦੇਖੋ ਜੀ, ਇੱਥੇ ਗੁਰਦੁਆਰਾ ਇਤਿਹਾਸ ਕਰਦਾ ਸੀ, ਉਹਨਾਂ ਦੇ ਨਾਂ 'ਤੇ ਫਗਵਾੜਾ ਬਣਿਆ, ਉਹਦਾ ਬਾੜਾ ਸੀ। ਅਤੇ ਜਦੋਂ ਮਹਾਰਾਜ ਮੁਗਲਾਂ ਨਾਲ ਜੰਗ ਕਰਕੇ ਕਰਤਾਰਪੁਰ ਇੱਥੇ ਆਏ, ਅਤੇ ਉਹਨਾਂ ਦਾ ਖੱਬੂ ਦੇ ਬਾੜਾ ਹੁਣ ਤਾਂ ਬਹੁਤ ਵੱਡਾ ਇਹ ਬਣਿਆ ਉਸ ਵੇਲੇ, ਯਾਨੀ ਕਿ ਉਹਨਾਂ ਦੇ ਇੱਕ ਖੇਤ ਸੀ ਬਾੜੇ ਸੀ। ਅਤੇ ਉਹ ਇੱਥੇ ਮਹਾਰਾਜ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਘਰ ਪਹੁੰਚੇ, ਅਤੇ ਸੋਚਣ ਲੱਗ ਗਿਆ ਵੀ ਮੈਂ ਉਹਨਾਂ ਦੀ ਸੇਵਾ ਕੀਤੀ ਤਾਂ ਉਹ ਡਰ ਗਿਆ, ਅਤੇ ਮਹਾਰਾਜ ਜੀ ਨੇ ਕੋਈ ਸੇਵਾ ਨਹੀਂ। ਅਤੇ ਮਹਾਰਾਜ ਨੇ ਸਮਝ ਲਿਆ ਕਿ ਇਹ ਸੇਵਾ ਨਹੀਂ ਕਰਦਾ, ਡਰ ਗਿਆ, ਅਤੇ ਉਹਨਾਂ ਨੇ ਕਿਹਾ ਫੱਗੂ ਦਾ ਬਾੜਾ ਉੱਪਰੋਂ ਮਿੱਠਾ ਅਤੇ ਵਿੱਚੋਂ ਖਾਣਾ। ਸਿੰਘ ਸਾਹਿਬ, ਤੁਸੀਂ ਗੁਰਦੁਆਰਾ ਸਾਹਿਬ ਆਏ, ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਕੁਛ ਜਾਣੂ ਕਰਵਾਓਗੇ ਜੀ? ਹਾਂਜੀ, ਅਸੀਂ ਇੱਥੇ ਪਹਿਲਾਂ ਤੋਂ ਵੀ ਆਉਂਦੇ ਰਹੇ ਹਾਂ ਜੀ ਮੱਥਾ ਟੇਕਣ ਗੁਰੂ ਘਰ ਦੇ ਵਿੱਚ। ਇਹ ਆਪਣਾ ਸ਼੍ਰੀ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਘਰ ਹੈ ਜੀ, ਅਤੇ ਇਹ ਆਪਣੇ ਗੁਰੂ ਜੀ ਜਦੋਂ ਆਪਣੇ ਜੰਗ ਕਰਤਾਰਪੁਰ ਸਾਹਿਬ ਤੋਂ ਆਪਣਾ ਇੱਥੇ ਰੁਕੇ, ਇੱਥੇ ਰੁਕਣ ਤੋਂ ਬਾਅਦ ਫਿਰ ਬਣਿਆ ਦੇ ਨੇੜੇ ਸੀਗਾ ਗੁਰੂ ਘਰ ਸਾਹਿਬ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਭਾਈ ਸਾਹਿਬ ਤੁਹਾਨੂੰ ਗੱਜ ਕੇ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਆਪਾਂ ਗੁਰਦੁਆਰਾ ਸੁਖਚੈਨ ਸਾਹਿਬ ਵਿਖੇ ਮੌਜੂਦ ਹਾਂ, ਇਸ ਤੋਂ ਪਹਿਲਾਂ ਵੀ ਤੁਸੀਂ ਬਥੇਰੀ ਵਾਰ ਗੁਰਦੁਆਰਾ ਸਾਹਿਬ ਵਿਖੇ ਆਏ ਹੋ, ਤੁਸੀਂ ਸਾਨੂੰ ਗੁਰਦੁਆਰਾ ਸੁਖਚੈਨ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾ ਸਕਦੇ ਹੋ? ਜੀ, ਗੁਰਦੁਆਰਾ ਸੁਖਚੈਨ ਸਾਹਿਬ ਦਾ ਇਤਿਹਾਸ, ਛੇਵੇਂ ਪਾਤਸ਼ਾਹ ਜੀ ਇੱਥੇ ਜੰਗ ਦੇ ਦੌਰਾਨ ਕਹਿੰਦੇ ਆਏ ਸੀ, ਫੱਗੂ ਦਾ ਵਾੜਾ ਹੁੰਦਾ ਸੀ ਫਗਵਾੜੇ, ਜਦੋਂ ਜੰਗ ਲੜਦੇ ਫਗਵਾੜੇ ਉਹਨਾਂ ਨੇ ਫੱਗੂ ਦੇ ਵਾੜੇ, ਫੱਗੂ ਨੇ ਕਈ ਵਾਰ ਪਾਤਸ਼ਾਹ ਨੂੰ ਯਾਦ ਕਰਨਾ, ਅਤੇ ਵਾਹਿਗੁਰੂ ਦੇ ਮਨ 'ਚ ਸੀ ਮੈਂ ਕਿਤੇ ਫਗਵਾੜੇ ਵੱਲ ਗਿਆ ਤਾਂ ਤੇਰੇ ਕੋਲ ਹੋ ਕੇ ਜਾਣਾ, ਪਰ ਜਦੋਂ ਜੰਗ ਦੇ ਦੌਰਾਨ ਉਹ ਫਗਵਾੜੇ ਆਏ ਤਾਂ ਉਹਨੂੰ ਡਰ ਪੈ ਗਿਆ ਕਿ ਮੇਰੇ ਤੋਂ ਗੁਰੂ ਪਾਤਸ਼ਾਹ ਆਏ ਤਾਂ ਮੈਨੂੰ ਬਾਦਸ਼ਾਹ ਨੇ ਛੱਡਣਾ ਨਹੀਂ, ਅਤੇ ਉਹਨਾਂ ਨੇ ਥੱਕੇ ਹਾਰੇ ਇੱਥੇ ਸੁਖਚੈਨ ਸਾਹਿਬ ਦਰੱਖਤ ਥੱਲੇ ਆਰਾਮ ਕੀਤਾ ਸੀ। ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਛੇਵੇਂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ। ਲਓ ਜੀ, ਹੁਣ ਅਸੀਂ ਇਤਿਹਾਸ ਦੀ ਪੂਰੀ ਜਾਣਕਾਰੀ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਪਾਸੋਂ ਲਵਾਂਗੇ, ਜੋ ਹੁਣ ਇੱਥੇ ਬਤੌਰ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਗੱਜ ਕੇ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਾਈ ਸਾਹਿਬ ਤੁਸੀਂ ਗੁਰਦੁਆਰਾ ਸੁਖਚੈਨ ਸਾਹਿਬ ਦੇ ਪੂਰਨ ਇਤਿਹਾਸ 'ਤੇ ਚਾਨਣਾ ਪਾਓ ਤਾਂ ਜੋ ਸਾਡੀ ਸਿੱਖ ਸੰਗਤ ਜਾਣ ਸਕੇ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ। ਸਮੂਹ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਸਿੱਖ ਸੰਗਤਾਂ ਜੋ ਦੇਸਾਂ ਪ੍ਰਦੇਸਾਂ ਦੇ ਵਿੱਚ ਵਸ ਰਹੀਆਂ ਨੇ, ਆਪ ਜਿਸ ਪਾਵਨ ਪਵਿੱਤਰ ਸਥਾਨ ਦੇ ਇਸ ਸਮੇਂ ਦਰਸ਼ਨ ਦਾਰੇ ਕਰ ਰਹੇ ਹੋ, ਇਹ ਗੁਰਧਾਮ, ਇਹ ਪਾਵਨ ਪਵਿੱਤਰ ਸਥਾਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਰਤਾਰਪੁਰ ਸਾਹਿਬ ਦੀ ਚੌਥੀ ਅਤੇ ਆਖਰੀ ਜੰਗ ਲੜ ਕੇ ਪੈਂਦੇ ਖਾਂ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਮ ਦੇ ਸਮੇਂ ਦੇ ਵਿੱਚ ਜਦੋਂ ਜੰਗਜੋਤ ਦੀ ਪਰ ਸਮਾਪਤੀ ਹੋਈ ਹੈ, ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਦੀ ਤਿਆਗ ਧਰਤੀ ਨੂੰ ਤਿਆਗਣ ਦਾ ਸਤਿਗੁਰਾਂ ਨੇ ਫੈਸਲਾ ਲੈ ਲਿਆ। ਸ਼ਾਮ ਨੂੰ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਰਵਾਨਾ ਹੋਏ, ਰਾਤ ਦੇ ਸਮੇਂ ਵਿੱਚ ਆਪਣਾ ਪੈਂਡਾ ਤੈਅ ਕਰਦੇ ਰਹੇ, ਸਵੇਰ ਦੇ ਸਮੇਂ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸਥਾਨਾਂ 'ਤੇ ਆ ਕੇ ਪਹੁੰਚੇ ਸਨ। ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਜੋੜ ਚੌੜਾ ਖੂਹ ਹੈ, ਸਤਿਗੁਰਾਂ ਦੀ ਯਾਦ ਨੂੰ ਸਮਰਪਿਤ ਹੈ, ਉਸ ਸਥਾਨ 'ਤੇ ਸਤਿਗੁਰੂ ਗਏ ਸਨ। ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਜਗ੍ਹਾ 'ਤੇ ਚਰਨ ਪਾ ਕੇ ਸਤਿਗੁਰੂ ਇਹਨਾਂ ਪਾਵਨ ਪਵਿੱਤਰ ਸਥਾਨਾਂ 'ਤੇ ਆ ਕੇ ਪਹੁੰਚੇ ਸਨ। ਦੁਪਹਿਰ ਦਾ ਸਮਾਂ ਸੀ ਅਤੇ ਗੁਰੂ ਸਾਹਿਬ ਵੀ ਕਈ ਦਿਨਾਂ ਤੋਂ ਲੈ ਕੇ ਜੰਗ ਜੋਤ ਦੇ ਵਿੱਚ ਰਹੇ ਸਨ, ਨਾ ਤਾਂ ਸਤਿਗੁਰਾਂ ਨੇ ਕਈ ਦਿਨਾਂ ਤੋਂ ਲੈ ਕੇ ਚੰਗੀ ਤਰ੍ਹਾਂ ਪ੍ਰਸ਼ਾਦਾ ਛਕਿਆ ਸੀ, ਜਲ ਪਾਣੀ ਛਕਿਆ ਸੀ, ਔਰ ਨਾ ਹੀ ਸਤਿਗੁਰਾਂ ਨੇ ਕਈ ਦਿਨਾਂ ਤੋਂ ਲੈ ਕੇ ਆਰਾਮ ਕੀਤਾ ਸੀ। ਗਰਮੀਆਂ ਦਾ ਸਮਾਂ ਸੀ, ਜੂਨ ਜੁਲਾਈ ਦਾ ਮਹੀਨਾ ਸੀ ਜਦੋਂ ਸਤਿਗੁਰੂ ਇੱਥੇ ਆ ਕੇ ਪਹੁੰਚੇ ਸਨ। ਇੱਥੇ ਬਹੁਤ ਜ਼ਿਆਦਾ ਦਰਖਤ ਸਨ, ਬੇਰੀਆਂ ਮਲੇ ਆਦਿ ਸਨ। ਇੱਥੇ ਆ ਕੇ ਸਤਿਗੁਰਾਂ ਨੇ ਆ ਕੇ ਅਤੇ ਸਤਿਗੁਰਾਂ ਨੇ ਫੌਜਾਂ ਦੇ ਸਮੇਤ ਇੱਥੇ ਆ ਕੇ ਕੁਝ ਘੜੀਆਂ ਕੁਝ ਪਲ ਸਤਿਗੁਰਾਂ ਨੇ ਆਰਾਮ ਕੀਤਾ। ਥਕਾਵਟ ਤੋਂ ਬਾਅਦ ਦੇ ਵਿੱਚ ਜਦੋਂ ਸਤਿਗੁਰੂ ਉੱਠੇ ਅਤੇ ਸਤਿਗੁਰਾਂ ਨੇ ਬੜੇ ਆਨੰਦ ਪ੍ਰਸੰਨ ਸਨ, ਬਹੁਤ ਜ਼ਿਆਦਾ ਖੁਸ਼ ਸਨ। ਇੱਧਰ ਇੱਥੋਂ ਦੀਆਂ ਨਗਰਾਂ ਦੀਆਂ ਜਿਹੜੀਆਂ ਸੰਗਤਾਂ ਸਨ, ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਆਏ ਹਨ, ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਲੈ ਕੇ ਆਈਆਂ, ਕੋਈ ਚਾਹ ਲੈ ਕੇ ਆਇਆ, ਕੋਈ ਦੁੱਧ ਲੈ ਕੇ ਆਇਆ, ਕੋਈ ਪ੍ਰਸ਼ਾਦਾ ਲੈ ਕੇ ਆਇਆ। ਇਸ ਤਰ੍ਹਾਂ ਜਦੋਂ ਸੰਗਤਾਂ ਨੇ ਆ ਕੇ ਸਤਿਗੁਰਾਂ ਦੀ ਸੇਵਾ ਕੀਤੀ, ਇੱਧਰੋਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ ਕਿ ਕਈ ਦਿਨਾਂ ਦੇ ਥਕਾਵਟ ਦੇ ਥਕਾਵਟ ਸਤਿਗੁਰਾਂ ਨੂੰ ਹੋਈ ਸੀ, ਇੱਕ ਤਾਂ ਸਤਿਗੁਰਾਂ ਨੇ ਇੱਥੇ ਆ ਕੇ ਆਰਾਮ ਕੀਤਾ ਹੈ, ਅਤੇ ਦੂਸਰਾ ਸਤਿਗੁਰਾਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਜਲ ਪਾਣੀ ਬੜੀ ਖੁਸ਼ੀਆਂ ਦੇ ਨਾਲ ਛਕਿਆ, ਅਤੇ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸਥਾਨ ਨੂੰ ਵਰ ਦਿੱਤਾ ਹੈ ਕਿ ਜਿਵੇਂ ਅੱਜ ਅਸੀਂ ਇੱਥੇ ਆ ਕੇ ਸੁੱਖ ਅਤੇ ਆਰਾਮ, ਸੁੱਖ ਅਤੇ ਚੈਨ ਪ੍ਰਾਪਤ ਕੀਤਾ ਹੈ, ਇਸੇ ਤਰ੍ਹਾਂ ਜਿਹੜਾ ਵੀ ਕੋਈ ਇਸ ਜਗ੍ਹਾ 'ਤੇ ਪਾਵਨ ਪਵਿੱਤਰ ਸਥਾਨ 'ਤੇ ਮਨੁੱਖ ਦੀਨ ਦੁਨੀਆ ਦਾ ਦੁਖੀ ਆਵੇਗਾ, ਉਹ ਸਾਡੀ ਤਰ੍ਹਾਂ ਇੱਥੇ ਆ ਕੇ ਸੁੱਖ ਅਤੇ ਚੈਨ ਭਾਵ ਕੇ ਸੁੱਖਾਂ ਦਾ ਸਾਹ, ਖੁਸ਼ੀਆਂ ਅਤੇ ਆਨੰਦ ਪ੍ਰਾਪਤ ਕਰੇਗਾ। ਸੋ ਉਸ ਸਮੇਂ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਸ ਪਾਵਨ ਪਵਿੱਤਰ ਗੁਰਧਾਮ ਦਾ, ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਹੈ ਉਹ ਗੁਰਦੁਆਰਾ ਸ੍ਰੀ ਸੁਖਚਰਨ ਸਾਹਿਬ ਪੈ ਗਿਆ। ਅੱਜ ਵੀ ਜਿਹੜੀਆਂ ਸਿੱਖ ਸੰਗਤਾਂ ਹਨ, ਕਿਉਂਕਿ ਸਤਿਗੁਰੂ ਸਨ 1634 ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸਥਾਨਾਂ 'ਤੇ ਪਹੁੰਚੇ ਸਨ, ਅੱਜ ਵੀ 3 ਜੁਲਾਈ ਨੂੰ ਇਸ ਪਾਵਨ ਪਵਿੱਤਰ ਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਆਮਦ ਪੁਰਬ ਹੈ ਉਹ ਬੜੇ ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਜਿਹੜੀਆਂ ਮਨਾਉਂਦੀਆਂ ਆ ਰਹੀਆਂ ਨੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਸਮੁੱਚੇ ਇਤਿਹਾਸ ਦੀ ਪੂਰੀ ਜਾਣਕਾਰੀ ਦਿੱਤੀ। ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਸਿੱਖ ਪੰਥ ਨੂੰ ਤੁਸੀਂ ਇੱਦਾਂ ਹੀ ਜਾਣੂ ਕਰਵਾਉਂਦੇ ਰਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਗੱਜ ਕੇ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਮੇਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਫਰੇ ਇਤਿਹਾਸ ਦੀ ਉਸ ਹੀ ਕੜੀ ਨੂੰ ਜੋੜਦੇ ਹੋਏ ਹੁਣ ਅਸੀਂ 5ਵਾਂ ਪੜਾਅ ਗੁਰਦੁਆਰਾ ਸੁਖਚੈਨ ਸਾਹਿਬ ਤੋਂ ਬਾਅਦ ਮੱਲਾ ਸੋਢੀਆਂ ਵਿਖੇ ਪਹੁੰਚ ਚੁੱਕੇ ਹਾਂ। ਹੁਣ ਅਸੀਂ ਇਤਿਹਾਸ ਦੀ ਪੂਰੀ ਜਾਣਕਾਰੀ ਉੱਥੇ ਦੇ ਗ੍ਰੰਥੀ ਸਿੰਘ ਪਾਸੋਂ ਲਵਾਂਗੇ। ਸਿੰਘ ਸਾਹਿਬ ਪਹਿਲਾਂ ਤਾਂ ਗੱਜ ਕੇ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਦੇ ਪੂਰਨ ਇਤਿਹਾਸ ਬਾਰੇ ਜਾਣੂ ਕਰਵਾਓ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਇਹ ਸਾਡਾ ਪਿੰਡ ਮੱਲਾ ਸੋਢੀਆਂ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਸ਼ ਪਾਸ ਵਿੱਚੋਂ ਸੋਢੀ ਅੰਸ਼ ਦੁਆਰਾ ਇਹ ਸਾਜਿਆ ਗਿਆ ਹੈ। ਸਾਰਿਆਂ ਤੋਂ ਪਹਿਲਾਂ ਇੱਥੇ ਸੋਢੀ ਹੀ ਰਹਿੰਦੇ ਸਨ, ਉਸ ਤੋਂ ਉਪਰੰਤ ਹੋਰ ਧਰਮ ਦੇ ਬੰਦੇ ਇੱਥੇ ਆਏ ਅਤੇ ਜਦੋਂ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਵਾੜੇ ਤੋਂ ਇੱਥੇ ਸਾਡੇ ਪਿੰਡ ਆਏ, ਉਹਨਾਂ ਨੇ ਇੱਥੇ ਆ ਕੇ ਰਾਤਰੀ ਦੇ ਵਿੱਚ ਵਿਸ਼ਰਾਮ ਕੀਤਾ। ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਦਾਤਣ ਕੀਤੇ, ਇਸ਼ਨਾਨ ਪਾਣੀ ਕੀਤਾ ਅਤੇ ਜਿਹੜੀ ਦਾਤਣ ਕੀਤੀ ਹੈ ਉਹ ਇੱਥੇ ਇੱਕ ਦਰਖਤ ਦੇ ਰੂਪ ਵਿੱਚ ਕੜਾਹੀ ਦਾ ਦਰਖਤ ਉਹ ਇੱਥੇ ਬਣਿਆ ਅਤੇ ਉਸ ਤੋਂ ਉਪਰੰਤ ਇੱਥੋਂ ਸਿੰਘਾਂ ਨੇ ਗੁਰੂ ਸਾਹਿਬ ਜੀ ਸਮੇਤ ਚਾਲੇ ਪਾ ਕੇ ਆਪਣੇ ਪਿੰਡ ਦੇ ਬੰਗਿਆਂ ਦੇ ਵਿੱਚ ਜਾ ਕੇ ਠਹਿਰੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਪੂਰਨ ਇਤਿਹਾਸ ਬਾਰੇ ਜਾਣੂ ਕਰਵਾਇਆ, ਇੱਥੇ ਦੀ ਕਮੇਟੀ ਦਾ, ਇੱਥੇ ਦੇ ਸਿੰਘ ਸਾਹਿਬਾਨ ਪਾਸੋਂ ਜਿੰਨਾ ਵੀ ਸਾਨੂੰ ਸਹਿਯੋਗ ਦਿੱਤਾ ਗਿਆ, ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗੱਜ ਕੇ ਫਤਿਹ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮੈਲੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਕੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ।